ਤੇ ਫਾਈਨਲੀ ਆਪਣੇ ਯਾਰ ਕੋ ਲੈ ਗਿਆ ਇਹ ਮੋਟਰਸਾਈਕਲ ਦਾ ਰਿਵਿਊ ਲੈਣ ਨੂੰ। ਦੱਸੋ ਜੀ ਕਿੱਦਾਂ ਦਾ ਲੱਗਾ? ਕਿਹਦਾ ਮੰਗ ਕੇ ਲਿਆਂਦਾ ਸਵੇਰੇ ਸਵੇਰੇ? ਆਪਣਾ ਗੁਰੂਆ ਕਿਆ ਵਧੀਆ ਉਹ ਹੌਲੀ ਲੈ ਜਾ, ਉਹ ਹੌਲੀ ਲੈ ਜਾ। ਪ੍ਰੈਂਕ ਨਹੀਂ ਆ, ਰੀਅਲ ਆ ਇਹ ਯਾਰ, ਪ੍ਰੈਂਕ ਸਮਝੀ ਜਾਂਦੇ ਆ ਜੋ। ਹਾਲੇ ਯਾਰ ਐਵਰੇਜ ਨਾ ਬਹੁਤ ਥੋੜੀ ਆ। ਆ ਕਰ ਦਿਓ 200 ਦਾ ਤੇਲ ਤੋਂ ਉੱਤੋਂ ਦੱਸ ਦੀ ਅੱਧੀ ਟੈਂਕੀ ਜੀਰੋ ਕਰ ਲਈਏ, ਬਾਕੀ ਮੀਟਰ ਕਰਤੀ ਹੋ ਗਈ ਟ੍ਰਿਪ ਜੀਰੋ। ਕਿੰਨੇ ਹੋ ਗਏ ਸਾਡੇ? 4। ਤੇ ਚਲੋ ਚੱਲੀਏ, ਚਲਾਉਣਾ ਵਾਰੀ ਵਾਰੀ ਚਲਾਈਦਾ ਵਾ, ਕੋਈ ਗੁੱਸਾ ਨਾ ਕਰੇ। ਅੱਧੇ ਰਾਹ ਆਪਾਂ ਚਲੋ ਉੱਥੇ ਲਾ ਯਾਰ, ਪਹਿਲਾਂ ਫੋਟੋ ਫੋਟੋ ਹਾਂ ਇੱਥੇ ਲਾ, ਇੱਥੇ ਬਾਕੀ ਯਾਰ ਇੱਥੇ ਇੱਕ ਫੋਟੋ ਹੈ। ਵੀਡੀਓ ਇੱਥੇ ਕਰਦੀਆਂ, 2-4 ਫੋਟੋਆਂ ਕਲਿੱਕ ਸਟੋਰੀ ਵਾਸਤੇ ਚੱਲੀ। ਹੁਣ ਯਾਰ ਇੱਕ ਦਿਨ ਮਗਰੋਂ ਬਹਿ ਜਾਈਦਾ ਨਾ, ਜਦੋਂ ਵਿਊ ਵੇਖੋ ਕੀ ਆਉਂਦਾ ਜਦੋਂ ਮਗਰੋਂ ਬਹਿ ਜਾਈਏ ਇਹਦੇ। ਪਰ ਵਿਊ ਬਹੁਤ ਵਧੀਆ ਆਉਂਦਾ ਵਾ ਜਿੱਦਾਂ ਵੀ ਆ। ਫਾਈਨਲੀ ਆਪਣੇ ਯਾਰ ਕੋ ਲੈ ਗਿਆ ਇਹ ਮੋਟਰਸਾਈਕਲ ਦਾ ਰਿਵਿਊ ਲੈਣ ਨੂੰ। ਦੱਸੋ ਜੀ ਕਿੱਦਾਂ ਦਾ ਲੱਗਾ? ਹੈ ਵਧੀਆ ਲੱਗਣ ਦਿਆ, ਚਲਾਉਣਾ ਹੀ ਚੱਲ। ਇੱਕ ਗੇਅਰ ਥੱਲੇ ਬਾਕੀ ਉੱਪਰ 4। ਬਾਲਾ ਥੱਲੇ ਨੂੰ ਗੇਅਰ, ਥੱਲੇ ਨੂੰ ਹੋ ਗਏ, ਸਾਹਮਣੇ ਗੇਅਰ ਸ਼ੋ ਹੋਣੇ। ਫਰੰਟ ਟਾਇਰ
ਤੇ ਕੱਲ ਵੀ ਯਾਰ ਚਲਾ ਕੇ ਖੜਾਂਗੇ ਤੇ ਉਹਦਾ ਵੀ ਸ਼ਾਇਦ ਨਾਲ ਹੀ ਹੋਵੇ ਵਲੌਗ, ਕਿਉਂਕਿ ਥੋੜਾ ਬਣਿਆ ਹਲੇ ਸਵੇਰ ਦਾ, 5-6 ਮਿੰਟ ਦਾ ਵਲੌਗ ਬਣਿਆ ਵਾ ਤੇ ਬਾਕੀ ਵਹਿੰਦੇ ਆ। ਤੇ ਦੱਸੋ ਯਾਰ ਇਹ ਚਲਾ ਕੇ ਰਿਵਿਊ ਦੱਸੋ ਕਿੱਦਾਂ ਦਾ ਆਉਂਦੇ ਆ ਵਧੀ। ਬਹੁਤ ਵਧੀਆ ਰਿਵਿਊ ਯਾਰ, ਅੱਜ ਬਹੁਤ ਜ਼ਿਆਦਾ ਵਧੀਆ ਹੋ ਗਿਆ ਚੱਲ ਗੱਲ ਇੰਨਾ ਮੀਂਹ ਤੇ ਅੱਜ ਵੇਖ ਲਓ। ਚਲੋ ਇਹ ਲਿਖਿਆ ਸੀ ਇੱਦਾਂ ਹੀ ਮੀਂਹ ਦੇ ਵਿੱਚ ਲਿਆਉਣਾ ਮੋਟਰ ਹੈ ਯਾਰ, ਜੋ ਚਲਾਉਣ 'ਚ ਮਜ਼ਾ ਆਉਂਦਾ ਨਾ ਇੱਦਾਂ ਵੀਡੀਓ ਦੇ ਵਿੱਚ ਬਿਆਨ ਨਹੀਂ ਹੁੰਦਾ, ਜੋ ਅਸਲ 'ਚ ਚਲਾਉਣ 'ਚ ਨਜ਼ਾਰਾ ਨਾ ਹੁੰਦਾ ਨਾ ਮਜ਼ਾ ਪੂਰਾ। ਹੁਣ ਦੇਖੋ ਯਾਰ ਬਿਨਾਂ ਰੇਸ ਤੋਂ ਪੰਜਵਾਂ ਗੇਅਰ ਪਾਇਆ ਆਪਣੇ ਆਪ ਐਂ ਮਜ਼ੇ ਮਜ਼ੇ, ਅਤੇ ਨਾਲ ਲਾਉਣਾ ਜਤੀ ਨੇ ਅਤੇ ਉਹਦਾ ਵੀ ਰਿਐਕਸ਼ਨ ਚੈੱਕ ਕਰਾਂਗੇ। ਅਤੇ ਬਾਕੀ ਯਾਰ ਵਧੀਆ ਸੀ ਵਧੀਆ, ਅਤੇ ਚਲੋ ਇੱਕ ਬੰਦੇ ਆ ਗਿਆ ਵਾ, ਅਤੇ ਚਲੋ ਫਿਰ ਮਿਲਦੇ ਆ ਠਹਿਰ ਕੇ ਪਾੜੀ ਫਿਰ। ਚਲੋ A few moments later ਤੇ ਹੁਣ ਯਾਰ ਇਹਦੀਆਂ ਫੋਟੋਆਂ ਕਲਿੱਕ ਕਰਨਾ ਇਹ ਥੋੜੀਆਂ ਜੀਆਂ, ਤੇ ਹੁਣ ਚਲੀਏ ਫਿਰ ਵਾਪਸ। ਚਲੋ ਚਲਾਓ ਨੈਕਸਟ ਡੇ। ਤੇ ਬਾਕੀ ਯਾਰ ਕੱਲ੍ਹ ਜਤਿਨ ਆ ਗਿਆ ਸੀ ਵਾਪਸ, ਅਤੇ ਹੁਣ ਚੱਲੇ ਆ ਬਸ ਉਹਦੇ ਕੋਲ ਹੀ, ਉਹਦਾ ਰਿਐਕਸ਼ਨ ਲੈਂਦੇ ਆ ਉਹਨੂੰ ਕੀਤਾ ਫੋਨ, ਅਤੇ ਬਾਕੀ ਯਾਰ ਚਲੋ ਕਰਦੇ ਉਹਦਾ ਰਿਐਕਸ਼ਨ ਕਿਆ ਹੈ। ਜਤਿਨ ਦੇ ਘਰ ਦੇ ਬਾਹਰ ਆਏ ਆ, ਵੇਖੋ ਕੀ ਰਿਐਕਸ਼ਨ ਹੁੰਦਾ ਹੁਣੇ ਆਉਣ ਲੱਗਾ। ਹੌਲੀ ਲੈ ਜਾ, ਓਏ ਹੌਲੀ ਲੈ ਜਾ, ਤੇ ਬਾਕੀ ਯਾਰ ਇਹਨੇ ਥੋੜ੍ਹੀ ਟੈਸਟ ਡਰਾਈਵ ਜੀ ਦਵਾਈ ਆ, ਕਿੱਦਾਂ ਦਾ ਲੱਗਾ ਹੈ ਵਧੀਆ ਨਾ। ਅਤੇ ਹੁਣ ਯਾਰ ਜਸ਼ਨ ਕਵੀ ਆਉਣਾ ਅੱਜ, ਅਤੇ ਸੋ ਉਹਦਾ ਵੀ ਰਿਐਕਸ਼ਨ ਅੱਜ ਵੇਖਾਂਗੇ। ਅਤੇ ਬਾਕੀ ਯਾਰ ਇਹ ਤੋਂ ਬਾਅਦ ਇੱਕ ਹੋਰ ਵਲੌਗ ਆ, ਉਹ ਮਤਲਬ ਕੰਬਾਈਨ ਹੀ ਆ, ਦੋ ਵਲੌਗ ਆ ਬਣਨ ਇੱਕੋ ਟਾਈਮ 'ਤੇ ਦਈ ਆ, ਪਰ ਆਉਂਗੇ ਵੱਖ ਵੱਖ, ਅਤੇ ਤਾਂ ਕਰਕੇ ਯਾਰ ਚੈਨਲ ਸਬਸਕ੍ਰਾਈਬ ਕਰ ਲਓ, ਹੁਣ ਬਹੁਤ ਵਧੀਆ ਵਧੀਆ ਵੀਡੀਓ ਆਉਣ ਵਾਲੀਆਂ ਵਾ, ਅਤੇ ਸੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਲਓ ਲਾਈਕ। ਅਤੇ ਬਸ ਯਾਰ ਹੁਣ ਜਾ ਕੇ ਤਿਆਰ ਹੋਣਾ ਵਾ, ਹਾਲੇ ਜਾਣਾ ਵਾ ਟ੍ਰਿਪ 'ਤੇ, ਉਹ ਨੈਕਸਟ ਵਲੌਗ ਤੁਹਾਨੂੰ ਵੇਖੂੰਗਾ, ਅਤੇ ਉਹੀ ਬਸ ਚੱਲੇ ਆ ਚਲਾ ਕੇ ਵੇਖਣ ਲੱਗਾ। ਚੱਲ ਸਾਂਭ ਲੂੰਗਾ ਨਾ, ਚੱਲ ਰੁਕ ਜਾ, ਚੱਲ ਹਾਂ ਚੱਲ, ਬਾਕੀ ਤਾਂ ਨੂੰ ਗੇਅਰ ਇੱਕ ਵਾਰ ਹੋਰ। ਹਾਂ ਕਿੱਦਾਂ ਦਾ ਲੱਗਾ ਨਜ਼ਾਰਾ ਯਾਰ, ਇਹ ਦੋ ਦਿਨ ਦਾ ਨਜ਼ਾਰਾ ਨਾ ਬਹੁਤ ਸੀਗਾ।
ਨਹੀਂ ਉਤਰ। ਚਲੋ ਬਈ ਬਾਕੀ ਯਾਰ ਦੱਸੋ ਰਿਵਿਊ ਕਿੱਦਾਂ ਦਾ ਲੱਗਾ, ਰਿਐਕਸ਼ਨ ਹੁਣ ਯਾਰ ਗਰਮੀ ਤੋਂ ਰਾਹ ਦਿਖਾਉਣ ਨੂੰ ਉਹ ਪੀਣਾ ਆ ਅਤੇ ਜਾ ਕਰ ਆ ਗਿਆ ਬਾਕੀ ਯਾਰ ਅੱਜ ਮੋਟਰਸਾਈਕਲ ਵੀ ਸਾਫ਼ ਕਰਨਾ, ਫੋਮ ਵਾਸ਼ ਕਰਦੇ ਆ ਕਿਉਂਕਿ ਗੰਦਾ ਹੋ ਗਿਆ ਵਾ ਅਤੇ ਬਸ। ਅਤੇ ਨਾਲੇ ਯਾਰ ਜਿਹੜਾ ਹੁਣ ਇਹ ਤੋਂ ਬਾਅਦ ਵਲੋਗ ਆਉਣਾ ਨਾ ਟ੍ਰਿਪ ਵਾਲਾ ਅਤੇ ਉਹ ਯਾਰ ਜ਼ਰੂਰ ਵੇਖਿਓ ਅਤੇ ਸੋ ਬਾਕੀ ਯਾਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਕੀਤਾ। ਬਸ ਮਿਲਦੇ ਆ ਫਿਰ ਇੱਕ ਹੋਰ ਨਵੇਂ ਵਲੋਗ ਦੇ ਨਾਲ।